ਬੀਤੇ ਦਿਨੀ ਨਾਭਾ ਪੁਲਿਸ ਨੇ ਕਈ ਮਾਮਲਿਆਂ ਦੇ ਵਿੱਚ ਲੋੜੀਂਦੇ ਬਦਮਾਸ਼ ਸੁਖਵੰਤ ਨੁਰੂਲਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਨਾਭਾ ਪੁਲਿਸ ਨੇ 4 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਕਾਬਲੇ ਗੌਰ ਹੈ ਕਿ ਗੈਂਗਸਟਰ ਸੁਖਵੰਤ ਨੁਰੂਲਾ ਉੱਤੇ ਬਨੂੜ ਕੈਸ਼ ਵੈਨ ਵਿੱਚੋਂ 1,35,00,000 ਰੁਪਏ ਦੀ ਲੁੱਟ ਦੀ ਵਾਰਦਾਤ ਕਰਨ ਅਤੇ ਰੋਪੜ ਦੇ ATM ਦੇ ਵਿੱਚੋਂ 17,00,000 ਰੁਪਏ ਦੀ ਲੁੱਟ ਕਰਨ ਦਾ ਮਾਮਲਾ ਦਰਜ ਹੈ ਅਤੇ ਇਹਨਾਂ ਮਾਮਲਿਆਂ ਸੰਬੰਧੀ ਵੀ ਪੁਲਿਸ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ। ਇਹ ਮੋਨੂ ਕੋਟਕਪੂਰਾ ਉਰਫ ਸੁਖਵੰਤ ਨਰੁੱਲਾ ਜੀ, ਪੁੱਤਰ ਦਰਸ਼ਨ ਲਾਲ, ਵਾਸੀ ਕੋਟਕਪੂਰਾ। ਇਹ 29/3/2016 ਨੂੰ ਜੀ ਇੱਥੋਂ ਪਰਵਿੰਦਰ ਪਿੰਦੇ ਨੂੰ ਭਜਾ ਕੇ ਲੈ ਗਏ ਸੀਗੇ ਅਤੇ ਤੀਰਥ ਝੱਲਵਾਂ ਦਾ ਸਾਥੀ ਸੀ। ਇਹਨੂੰ 10 ਤਰੀਕ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਅੱਜ ਇਹਨੂੰ ਪੇਸ਼ ਕਰਕੇ ਰਿਮਾਂਡ 'ਚ ਸੀਗਾ ਪੁਲਿਸ 'ਚ, ਜੁਡੀਸ਼ਲ ਹੈ ਜੀ। ਹੁਣ 28-35 ਤੋਂ ਭੇਜੇ ਕੰਨਾ ਪੁਲਿਸ ਨੇ ਇਹਦੇ ਕੋਲੋਂ ਪਿਸਤੌਲ ਬਰਾਮਦ ਕਰਾਇਆ। ਇਸ ਕੇਸ ਦੇ ਵਿੱਚ ਨਹੀਂ ਇਹਦੇ ਕੋਲ ਕੋਈ ਇਤਿਹਾਰ ਹੈਗਾ ਸੀਗਾ ਜੀ, ਬਾਕੀ 3 ਕੇਸਾਂ 'ਚ ਹੋਰ ਇਨਵੋਲਵ ਹੈਗਾ। ਹਾਂਜੀ ਹਾਂ, ਬਨੂੜ ਕੇਸ ਦੇ ਵਿੱਚ ਅਤੇ ਇੱਕ ਹੈ ਜੀ ATM ਦੀ ਖੋਹ ਕਰੀ ਸੀ ਇਹਨਾਂ ਨੇ ਰੋਪੜ, 17,00,000 ਰੁਪਏ ਦੀ ਉਹ ਸੀ ਜੀ। 1,33,00,000